अस्सलामुअलैकुम। हाँ जी मामू जी ने जो लान में पौधे वगैरह लगाए थे वो निकल आए हुए हैं, उनमें से फल भी निकल आए हैं और सब्जियां भी निकल आई हैं, तो दिखाते हैं आपको। स्टार्ट करते हैं यहाँ से लान से। फूल देखिए कितने खूबसूरत निकले हुए हैं। अच्छा जी मामू जी इत्थों शुरू हो जाइए। ए भाई जी कद्दू। हाँ जी ये कद्दू है। अच्छा अच्छा एक कद्दू का दस रहे तुसी के कद्दू कितने निकले है कितने वे? कद्दू जनाब जी इत्थे सी किधर गया ये ए ए ए ठीक है इत्थे नहीं सी ए हुई है नहीं नहीं है। अच्छा ए हाँ हाँ कद्दू है दिखाना ए ए कद्दू निकले है ठीक है ये मादा है। अच्छा ठीक है ਇਹਦੇ ਕੋਲ ਇਹ ਆ ਨਰ ਫੁੱਲ ਨੇ। ਅੱਛਾ ਇੱਥੇ ਇਹ ਨਰ ਔਰ ਮਾਦਾ ਨੂੰ ਤੁਸੀਂ ਇਹ ਤੋੜ ਕੇ ਇਹਨੂੰ ਜਿਸ ਇਹਨੂੰ ਤੋੜਨਾ। ਅੱਛਾ ਨਰ ਮਾਦਾ ਨਾਲ ਹੀ ਰਹਿਣੀ ਹੈ। ਠੀਕ ਹੈ ਇਹਨੂੰ ਜਿਸ ਵਕਤ ਇਹਦਾ ਮੂੰਹ ਅੱਗੋਂ ਇਹ ਖੁੱਲ ਜਾਏਗਾ ਫੁੱਲ ਬਣ ਜਾਏਗਾ ਕਿਤੇ ਕੇ ਇਹਦਾ ਵੀ ਫਿਰ ਫੁੱਲ ਬਣ ਜਾਏਗਾ। ਅੱਛਾ ਇਹ ਇਹਦੇ ਨਾਲ ਹੀ ਲੱਗਾ ਹੋਇਆ ਇਸ ਵੇਲ ਦੇ ਵਿੱਚ। ਠੀਕ ਹੈ ਇਹਨੂੰ ਇਹ ਜਿਸ ਇਹਦਾ ਖੁੱਲ ਜਾਏਗਾ ਤੇ ਇਹਨੂੰ ਇਹਦਾ ਹਿੱਸਾ ਤੋੜ ਕੇ ਤੇ ਇਹਦੇ ਨਾਲ ਹੀ ਆ ਇਹਦੇ ਨਾਲ ਇੱਥੋਂ ਹੀ ਇਹਨੂੰ ਐਂ ਟੱਚ ਕਰ ਦੇਣਾ। ਅੱਛਾ ਇਹਦੀ ਵਜ੍ਹਾ ਸਿਰਫ ਇਹ ਵੇ ਕਿ ਇੱਥੇ ਚੁੱਕੇ ਉਹ ਮੱਖੀ ਨਹੀਂ ਹੈ। ਮੱਖੀ ਨਹੀਂ ਹੈ ਕਿਉਂਕਿ ਇੱਥੇ ਜਾਨਵਰ ਉੱਡਣ ਵਾਲੇ ਘੱਟ ਨੇ। ਅੱਛਾ ਸਰਦੀ ਦੀ ਵਜ੍ਹਾ ਤੋਂ ਮਰ ਜਾਂਦੇ ਨੇ। ਅੱਛਾ ਇਹ ਦੂਸਰਾ ਪੌਦਾ ਇਹ ਵੀ ਇਹੋ ਹੀ ਹੈ ਕੱਦੂ ਦਾ? ਕਿਹੜਾ? ਉਹ ਵੀ ਕੱਦੂ ਹੀ ਹੈ। ਇਹ ਕਿਹੜਾ ਕੱਦੂ ਹੈ? ਇਹ ਲੰਮਾ ਕੱਦੂ ਹੈ। ਅੱਛਾ ਜਿਹੜਾ ਜੋ ਮਤਲਬ ਜਿਹਨੂੰ ਲੋਕ ਇੱਥੇ ਪਤਾ ਲੋਕ ਆਉਂਦੇ ਨੇ ਇਹਨੂੰ। ਅੱਛਾ ਠੀਕ ਹੈ ਜੀ। ਸਾਡਾ ਗੋਲ ਕੱਦੂ ਨਹੀਂ ਹੈ, ਗੋਲ ਕੱਦੂ ਤੇ ਅਸੀਂ ਆਪਣਾ ਬੀਜ ਪਾਕਿਸਤਾਨ ਨੂੰ ਲੈ ਕੇ ਆਈਏ। ਹਾਂਜੀ ਉਹ ਹੁੰਦਾ ਹੈ ਅਸੀਂ ਇੱਥੇ ਪਨੀਰੀ ਲਿਆਉਂਦੇ। ਤੇ ਇਹ ਅਗਲਾ ਪੌਦਾ ਕਿਹੜਾ ਜੀ? ਇਹ ਵਾਲਾ ਕਰੇਲੇ ਨੇ। ਇਹ ਕਰੇਲੇ ਨੇ? ਕਰੇਲੇ ਤੇ ਦਿਖਾਓ ਸਾਨੂੰ ਕੋਈ ਥੋੜੇ ਕਰੇਲੇ। ਇਹ ਕਰੇਲੇ ਵੇਖ ਇਹ ਲੱਗਾ ਹੈ ਕਰੇਲਾ। ਇਹ ਫੁੱਲੇ ਕਰੇਲੇ ਦਾ? ਇਹ ਕਰੇਲਾ ਇਹ ਨਰ ਇਹ ਮਾਦਾ ਹੈ। ਅੱਛਾ ਇਹ ਜਿਹੜਾ ਕਰੇਲਾ ਇਹ ਮਾਦਾ ਹੈ। ਇਧਰ ਦਿਖਾਣਾ ਇਹਨੂੰ ਫੁੱਲ ਦੇ ਥੱਲੇ ਜਿਹੜਾ ਲੱਗਾ ਕਰੇਲਾ। ਫੁੱਲ ਦੇ ਥੱਲੇ ਜਿਹੜਾ ਇਹ ਹੈ। ਅੱਛਾ ਇਹਦੇ ਅੰਦਰ ਫੁੱਲ ਹੈ। ਠੀਕ ਹੈ ਇਹਦੇ ਨਾਲ ਇਹ ਫੁੱਲ ਜਿਹੜਾ ਨਾ ਜਿਸ ਵਕਤ ਇਹ ਖੁੱਲੇ ਦਾ। ਠੀਕ ਹੈ ਇਹ ਵੀ ਇੱਕ ਟਾਈਮ ਵਿੱਚ ਦੋਵੇਂ ਖੁੱਲਣ ਦੇ। ਠੀਕ ਹੈ ਇਹ ਨਹੀਂ ਕਿ ਹਫ਼ਤਾ ਪਹਿਲੂ ਖੁੱਲ ਗਿਆ ਅਤੇ ਇਹ ਬਾਅਦ ਜਾਂਦਾ ਹੀ। ਅੱਛਾ ਇੱਕੋ ਦਿਨ ਖੁੱਲਣ ਦੇ। ਅੱਛਾ ਇਹਨੂੰ ਇਹਦੇ ਨਾਲ ਤੋੜ ਕੇ ਅਤੇ ਇਹਦੇ ਨਾਲ ਟੱਚ ਕਰ ਦੇਣਾ ਇਹਦੇ ਸੈਂਟਰ ਦੇ ਵਿੱਚ ਜਿਹੜੇ ਇਹ ਚੀਜ਼ ਬਣੀ ਹੋਈ ਹੈ। ਠੀਕ ਹੈ ਠੀਕ ਇਹਦੇ ਨਾਲ ਟੱਚ ਕਰ ਦਿਓ ਉਹਦੇ ਇਹਦੇ ਅੰਦਰ ਵੀ ਉਸੇ ਤਰ੍ਹਾਂ ਹੋਵੇਗਾ ਲੇਕਿਨ ਇਹਦੇ ਅੰਦਰ ਸਿਰਫ ਫੁੱਲ ਹੀ ਫੁੱਲ ਦੇ ਅੰਦਰ ਬਣਿਆ ਹੋਵੇ ਤਾਂ ਉਹਦਾ ਮਾਦਾ ਇਹਦੇ ਨਾਲ ਆਟੋਮੈਟਿਕ ਜਦੋਂ ਲੱਗ ਜਾਏਗਾ ਠੀਕ ਕਰੇਲਾ ਬਣਨਾ ਸ਼ੁਰੂ ਹੋ ਜਾਏਗਾ। ਅੱਛਾ ਜਵਾਨ ਹੋ ਜਾਏ ਤੇ ਇਹ ਸਾਰੀਆਂ ਬੇਲਾਂ ਤੁਸੀਂ ਇੱਥੇ ਚੜਾ ਦੋਗੇ ਜਿਹੜਾ ਇਹਦੇ ਜਾਲ ਬਣਾਇਆ ਹੈ? ਹਾਂ ਜਾਲ ਦੇ ਉੱਤੇ ਸਟਰਕਚਰ ਦੇ ਉੱਤੇ ਚੜ ਜਾਂਦੀ ਹੈ ਆਟੋਮੈਟਿਕ ਚੜਦੀਆਂ ਜਾਂਦੀਆਂ। ਅੱਛਾ ਇਹ ਵੀ ਕਰੇਲੇ ਨੇ? ਇਹ ਜਿਹੜੇ ਇਹ ਸਭ ਕਰੇਲੇ ਹੀ ਨੇ? ਇਹ ਸਾਰੇ ਕਰੇਲੇ ਨੇ। ਠੀਕ ਹੈ ਠੀਕ ਅੱਗੇ ਜੀ ਇਸ ਤੋਂ ਅੱਗੇ ਤਾਂ ਸਾਡੇ ਕੋਲ ਹੈ ਫਿਰ ਸ਼ਿਮਲਾ ਮਿਰਚਾਂ ਲੱਗੀਆਂ। ਅੱਛਾ ਇਹ ਸ਼ਿਮਲਾ ਮਿਰਚ? ਇਹ ਸ਼ਿਮਲਾ ਮਿਰਚ ਨਾ ਇਹ ਹਾਂਜੀ ਇਹ ਲੱਗੀਆਂ ਨਾ ਥੱਲੇ। ਹਾਂ 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 ਉਹ ਲੱਗੀ ਸ਼ਿਮਲਾ ਮਿਰਚਾਂ। ਠੀਕ ਠੀਕ ਉਹਦੇ ਥੱਲੇ ਵੀ ਸ਼ਿਮਲਾ ਮਿਰਚਾਂ ਇਹ ਤਾਂ ਨਹੀਂ ਹੈ। ਠੀਕ ਹੈ ਇਹ ਸਟ੍ਰਾਬਰੀ ਹੈ? ਸਟ੍ਰਾਬਰੀ ਸਟ੍ਰਾਬਰੀ ਤੇ ਦਿਖਾਓ ਬਿਲਕੁਲ ਲੱਗੀ ਸੀ ਲਾਲ। ਇਹ ਕਿਆ ਬਾਤ ਹੈ। ਅੱਛਾ ਇਹ ਕੱਲ ਇੰਨੀ ਲਾਲ ਨਹੀਂ ਸੀ ਜਿੰਨੀ ਅੱਜ ਹੋ ਗਈ ਹੈ ਨਾ? ਬਸ ਲਾਲ ਹੋ ਜਾਣੀ ਹੈ ਨਾ। ਠੀਕ ਹੈ ਠੀਕ ਖਾਣ ਵਾਲੀ ਬਣ ਜਾਣੀ। ਤੇ ਇਹ ਪੁਦੀਨਾ ਲਾਇਆ? ਪੁਦੀਨਾ ਲੱਗਾ ਹੈ ਬੜਾ ਮਾਸ਼ਾਅੱਲਾ ਪੁਦੀਨਾ ਲੱਗਿਆ ਜੀ। ਤੇ ਇਹ ਵਿੱਚ ਪਿਆਜ਼ ਲਾਇਆ ਜੀ? ਹਾਂ ਇਹ ਪਿਆਜ਼ ਹੈ? ਇਹ ਪਿਆਜ਼ ਹੈ ਜੀ। ਅੱਛਾ ਆ ਜਿਹੜਾ ਇਹ ਆਪਣਾ ਬੈਂਗਣ ਹੈ ਇਹ ਬੈਂਗਣ ਦਾ ਪੌਦਾ ਫੁੱਲ ਲੱਗ ਗਿਆ ਇਹਨੂੰ। ਅੱਛਾ ਇਸੇ ਤਰ੍ਹਾਂ ਇਸ ਬੈਂਗਣ ਦੇ ਨਾਲ ਵੀ ਇਹ ਫੁੱਲ ਲੱਗ ਗਿਆ ਉਸ ਬੈਂਗਣ ਦੇ ਨਾਲ ਵੀ ਲੱਗ ਰਿਹਾ ਨੇ। ਠੀਕ ਹੈ ਠੀਕ ਹੈ ਤੇ ਇਹ ਸਾਹਮਣੇ ਕੀ ਹੈ? ਉਹ ਤੋਰੀ ਲੱਗੀ ਹੈ ਭਿੰਡੀ ਤੋਰੀ। ਅੱਛਾ ਉਹ ਛੋਟੀ ਜਿਹੜੀ। ਠੀਕ ਹੈ ਇਹ ਜਿਹੜੇ ਨੇ ਟਮਾਟਰ ਨੇ। ਅੱਛਾ ਜੀ ਠੀਕ ਟਮਾਟਰ ਇਹ ਐਲਾਨ ਦੇ ਅੰਦਰ ਜਾਣ ਦਾ ਕੋਈ ਰਸਤਾ ਤੇ ਕੱਢੋ। ਹਾਂਜੀ ਐਲਾਨ ਦੇ ਅੰਦਰ ਲਓ ਜੀ ਆ ਜਾਓ ਇਹਦੇ ਅੰਦਰ ਰਸਤਾ ਬਣ ਗਿਆ ਜੀ। ਬਣ ਗਿਆ ਜੀ ਇਹ ਰਸਤਾ। ਅੱਛਾ ਇਹਦੇ ਇਹਦੇ ਅੰਦਰ ਕੀ ਲੱਗਾ ਹੈ ਜੀ? ਇਹਦੇ ਅੰਦਰ ਟਮਾਟਰ ਲੱਗੇ ਹੋਏ ਨੇ। ਟਮਾਟਰ ਕਿਤੇ ਲੱਗੇ ਵੀ ਹੋਏ ਨੇ ਵੈਸੇ? ਟਮਾਟਰ ਆ ਲੱਗੇ ਹੈ ਜੀ ਇਹ। ਅੱਛਾ 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 ਬੜੇ ਖੂਬਸੂਰਤ ਟਮਾਟਰ ਨੇ। ਇਹ ਲਾਲ ਹੋ ਜਾਣਗੇ ਬਾਅਦ 'ਚ? ਇਹ ਆਪਣੇ ਆਪ ਹੀ ਪੱਕਦੇ ਜਾਣ ਦੇ। ਅੱਛਾ ਅੱਛਾ
थले प्याज भी लाया तुसी। ठीक इत लगे सर मेथरे, मेथरे से पक गए। चलो अच्छा धनिया भी लाया। ठीक है मेथी है। ठीक है जी दूसरा बीज लग गया नाकाबले इस्तेमाल है लेकिन लसन की एक एक तुरी करके जी ना है। हाँ जी ये कोई पांच पांच चार चार इंच के फासले उत्ते ला देंगे ने। अच्छा ये लसन बन जाता है। जी बेल चढ़ती पई है एक आदि बेल है क्यूकंबर। अच्छा क्यूकंबर, क्यूकंबर क्यूकंबर ये नाल इधर आ लगे ने लगा खीरा जहा आ दिखा ना। हाँ 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 गमलिया च केड़े पौधे लगे ने ओ वाले गमले च रेड कलर दे रेड मैपल मैपल लीफ इतों कैनेडा का वे कौमी निशान है इन्हों का। अच्छा चाइनी मैपल है जापानी जापानी। ठीक है ठीक तो है जी इधर इधर आ जी इधर की फुलां पौधे ने जी जी। हाँ जी ब्लूबेरी भी लगी है बहुत माशाल्लाह खूबसूरत जी लाने बहुत खूबसूरत। अच्छा इस मौसम की वजह तो इन हरे भरे हो गए ने कि मौसम खुल गए। रिबन ग्रास है रिबन ग्रास ऐ ज़ेब्रा ग्रास है। अच्छा ऐ फिर फूलों ने दूसरे ठीक 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 इधर भी कोई लगे ने के ऐ पौधे सिर्फ हां ये तो सिर्फ फूल लगे ने। अच्छा ऐ फुल्ला लेने सारे नाम इन्हों नहीं आउंदा ये जेड़े दोवे ने इना दे दसन दे अपना इमरान ही दसे दा। अच्छा जी ऐ फूल जे नाम ते मेनू नहीं आउंदा लेकिन 12 फुट ऊंचा 12-13 फुट लेमन। ठीक ठीक लेमन की खुशबू वाला पौधा है फुल सारे ठीक 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 बाकी सामने ये कैमरा मारो सामने फुल आ जाते। हाँ 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 है तो माशाल्लाह बड़े खूबसूरत फुल आए ने जी बड़े रंग बिरंगे बड़े कलरफुल क्या बात जबरदस्त जी। हाँ जी इस जगह दे कुछ टूल भी ने जेडे तुहाडे कोल ने बेलचा जी एदे नाल मिट्टी सीधी पदरी कर दिओ। मिट्टी सीधी पदरी कर दिओ मैं कहदे नाल अच्छा।
ਠੀਕ ਠੀਕ ਇਹ ਚੈਰੀ ਟਮਾਟਰ ਦੇ ਲੱਗੇ ਕਿਹੜੇ ਜੀ ਇਹ ਚੈਰੀ ਟਮਾਟਰ ਅੱਛਾ ਚੈਰੀ ਟਮਾਟਰ ਛੋਟੇ ਛੋਟੇ ਅੱਛਾ 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 ਠੀਕ ਇਹ ਸਲਾਦ ਵਿੱਚ ਇਸਤੇਮਾਲ ਹੁੰਦੇ ਠੀਕ ਠੀਕ ਬਹੁਤ ਸੋਹਣਾ ਜੀ ਗਾਰਡਨ ਤੁਹਾਡਾ ਬਹੁਤ ਖੂਬਸੂਰਤ ਹੈ ਬਹੁਤ ਖੂਬਸੂਰਤ ਗਾਰਡਨ अच्छा ये गवांडियां दे घर दरख्त जिहड़ा है ये सेब दा दरख्त है आ सेब लगी ओ मैपल लीफ है आ सेब नजर आ रहा है हां जी हां जी हां जी हां जी बिल्कुल सेब नजर आ रहा है लेकिन उन्होंने खाने नहीं आसान नहीं जिन्हों दे आ उन्होंने खाने आ जिन्हों दे आ ने खाने ते उन्होंने नहीं सेब दा दरख्त मैं आज देखे है जे वैसे अच्छा ये खरगोश का घर तो नहीं मैं देखा किड़ा खरगोश का घर ओहो अच्छा 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 ए जड़ी फेंसिंग है ये तुसी इसे हासिल लाई ए वाली आप ही बनाई है कार आप ही घर बनाई है इसे को नहीं बनवाई है इनु बचाने वास्ते बच्चे ने इमरान ने बना दी थी अच्छा खरगोश ने ਅੱਛਾ ਇਹਦੇ ਫਿਰ ਥਲਿਓ ਸਾਰੇ ਪੌਦੇ ਦੇ ਬਾਅਦ ਚ ਨਿਕਲਣੇ ਥਲਿਓ ਫਿਰ ਨਵੇਂ ਸਿਰ ਫੁੱਟਿਆ ਅੱਛਾ ਤੇ ਖਰਗੋਸ਼ ਇੱਥੇ ਵੀ ਰਹਿੰਦੇ ਨੇ ਤੁਸੀਂ ਦੱਸਿਆ ਸੀ ਕਿ ਇੱਥੇ ਵੀ ਰਹਿੰਦੇ ਨੇ ਥੱਲੇ ਇਹਦੇ ਥੱਲੇ ਇਧਰੋਂ ਆਉਂਦੇ ਨੇ ਇਹ ਰਸਤਾ ਉਹਨਾਂ ਦੇ ਆਉਣ ਦਾ ਅੱਛਾ ਇਹ ਆਣ ਜਾਣ ਦਾ ਰਸਤਾ ਉਹਨਾਂ ਦਾ ਪੜੋਸੀਆਂ ਵੱਲੋਂ ਕਦੀ ਪੜੋਸੀਆਂ ਵੱਲ ਚਲੇ ਕੇ ਕਦੀ ਜੰਗਲੀ ਚੋਂ ਘਰ ਉਹਨਾਂ ਦੇ ਘਰ ਆਉਂਦੇ ਨੇ ਨਾਲ ਦੇ ਅੱਛਾ ਉੱਥੋਂ ਫਿਰ ਸਾਡੇ ਘਰ ਆ ਜਾਂਦੇ ਨੇ ਤੇ ਛੁੱਪਦੇ ਨੇ ਇੱਥੇ ਆ ਕੇ ਛੱਲੇ ਰਹਿੰਦੇ ਠੀਕ इन्होंने जी समान भी रखे नाल सिर्फ इन्ना नहीं है कि हाथ नाल भी मेहनत करे तो समान भी रखे है इन खेतीबाड़ी करने वास्ते टूल्स रंबा बस रंबाई शवल आते शवल के चवल शवल शवल तो ए की चीज़ है रेक है अच्छा 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 ये है जी हमारे मामू जी का गार्डन और उनकी मसरूफियत का साथी। हमारी अगली वीडियो देखने के लिए हमारे चैनल को लाइक और सब्सक्राइब ज़रूर कीजिएगा। मिलते हैं अगली वीडियो में। अल्लाह हाफिज़।